ਤੰਦਰੁਸਤ ਪੰਜਾਬ ਸਕੀਮ ਤਹਿਤ ਇੰਡੀਅਨ ਰੈੱਡ ਕਰਾਸ ਪਟਿਆਲਾ ਦੇ ਸਹਿਯੋਗ ਨਾਲ ਰਾਜਪੁਰਾ ਦੇ ਸੀਨੀਅਰ ਸਿਟੀਜ਼ਨ ਸੁਸਾਇਟੀ ਵੱਲੋਂ ਇੱਕ ਕੈਂਪ ਲਗਾਇਆ ਗਿਆ। ਇਸ ਮੌਕੇ ਸੰਸਥਾ ਵੱਲੋਂ ਅੰਗਹੀਣਾਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਉੱਤੇ ਰਾਜਪੁਰਾ ਦੇ SDM ਸੰਜੀਵ ਕੁਮਾਰ ਅਤੇ ਰੈੱਡ ਕਰਾਸ ਸੁਸਾਇਟੀ ਪਟਿਆਲਾ ਦੇ ਸੈਕਟਰੀ ਅਤੇ ਡਾਇਰੈਕਟਰ ਡਾਕਟਰ ਪ੍ਰਿਤਪਾਲ ਸਿੰਘ ਸਿੱਧੂ ਪਹੁੰਚੇ। ਇਸ ਮੌਕੇ ਉਹਨਾਂ ਨੇ ਅੰਗਹੀਣਾਂ ਨੂੰ ਟ੍ਰਾਈਸਾਈਕਲ, ਕੈਲੀਬਰ, ਕੰਨਾਂ ਦੀਆਂ ਮਸ਼ੀਨਾਂ ਅਤੇ ਹੋਰ ਵੀ ਕਈ ਤਰ੍ਹਾਂ ਦੇ ਸਮਾਨ ਮੁਹੱਈਆ ਕਰਵਾਏ। ਪੰਜਾਬ ਉਸ ਦੀ ਕੜੀ ਦੇ ਵਿੱਚ ਅੱਜ ਇੱਥੇ ਲਗਭਗ ਜਿਹੜੇ 30 ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਇੰਸਟਰੂਮੈਂਟ ਜਿੱਦਾਂ ਟ੍ਰਾਈਸਾਈਕਲ, ਕਲੀਪਰਸ ਅਤੇ ਹੀਅਰਿੰਗ ਏਡ ਪ੍ਰੋਵਾਈਡ ਕੀਤੀ ਜਾ ਰਹੀ ਹੈ। ਰੈੱਡ ਕਰਾਸ ਵੱਲੋਂ ਇਹ ਜੁਆਇੰਟ ਵੈਂਚਰ ਹੈ ਆਪਣੇ ਸੀਨੀਅਰ ਸਿਟੀਜ਼ਨ ਦੇ ਐਫਰਟ ਦੇ ਨਾਲ, ਰੈੱਡ ਕਰਾਸ ਵੱਲੋਂ ਗੌਰਮੈਂਟ ਆਫ ਇੰਡੀਆ ਦੀ ਸਹਾਇਤਾ ਦੇ ਨਾਲ ਜਿਹੜਾ ਹੈ ਕੈਂਪ ਲਗਾਇਆ ਗਿਆ। ਅੱਜ ਰੈੱਡ ਕਰਾਸ ਪੰਜਾਬ ਵੱਲੋਂ ਜਿਹੜੇ ਇੱਥੇ ਲੋੜਵੰਦ ਸਨ, ਜਿਹੜੇ ਹੈਂਡੀਕੈਪ ਸੱਜਣ ਸਨ, ਜਿਨ੍ਹਾਂ ਦਾ ਕੈਂਪ 16 ਨਵੰਬਰ 2016 ਨੂੰ ਲੱਗਿਆ ਸੀ, ਉਦੋਂ ਰੈੱਡ ਕਰਾਸ ਵੱਲੋਂ ਉਹਨਾਂ ਦੀ ਸ਼ਨਾਖਤ ਕੀਤੀ ਗਈ ਸੀ। ਸਾਡਾ ਡਾਕਟਰ ਸਾਹਿਬਾਨ ਆਏ ਸਨ ਅਤੇ ਤਕਰੀਬਨ ਡੇਢ ਸਾਲ ਬਾਅਦ ਉਹਨਾਂ ਨੂੰ ਜੋ ਸਮਾਨ ਸੀ, ਵੀਲਚੇਅਰ, ਜਿਹੜੇ ਮਨੋਟੀ, ਦੂਜੇ ਜਿਹੜੇ ਅੰਗ ਦੇ ਲੱਤਾਂ ਵਗੈਰਾ ਜਾਂ ਦੂਜੀਆਂ ਹੋਰ ਚੀਜ਼ਾਂ ਜੋ ਵੀ ਹੈ, ਕੰਨਾਂ ਦੇ ਔਜ਼ਾਰ ਜਿਹੜੇ, ਉਹ ਸਾਰੇ ਉਹਨਾਂ ਨੂੰ ਦਿੱਤੇ ਗਏ। ਅਤੇ ਉਹਨਾਂ ਦਾ ਜਿਹੜਾ ਕੰਮ ਸੀ ਸਾਰਾ ਉਹ ਸਾਡੇ ਮਾਨਯੋਗ SDM ਸਾਹਿਬ ਰਾਜਪੁਰੇ ਉਹਨਾਂ ਦੇ ਉਦਘਾਟਨ ਕੀਤਾ। ਪਟਿਆਲੇ ਤੋਂ ਡਾਕਟਰ ਸਿੱਧੂ ਸਾਹਿਬ ਆਏ ਸਨ, ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ। ਸੀਨੀਅਰ ਸਿਟੀਜ਼ਨ ਕੌਂਸਲ ਰਾਜਪੁਰਾ ਨੂੰ ਇਹ ਹੁਕਮ ਹੋਇਆ ਸੀ ਕਿ ਤੁਸੀਂ ਆਪਣੀ ਸੰਸਥਾ ਦੇ ਵਿੱਚ ਇਹ ਪ੍ਰੋਗਰਾਮ ਕਰਾਓ। ਸੋ ਅਸੀਂ ਆਪਣੇ ਵੱਲੋਂ, ਮੈਂ ਆਪਣੇ ਸਾਰੇ ਸਾਥੀਆਂ ਨਾਲ, ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਮੈਨੂੰ, ਹਰ ਪੱਖੋਂ ਸਹਿਯੋਗ ਦੇ ਰਹੇ ਆ ਮੈਨੂੰ, ਅਤੇ ਇਹ ਪ੍ਰੋਗਰਾਮ ਜਿਹੜਾ ਇੱਥੇ ਲੇਪਰੇ ਚੜ੍ਹਿਆ ਸਿਰੇ ਚੜ੍ਹਿਆ। ਸੋ ਅਸੀਂ ਆਪਣੇ ਸਾਥੀਆਂ ਨੂੰ ਵੀ ਵਧਾਈ ਦਿੰਦੇ ਹਾਂ, ਜਿਹੜੇ ਸਾਡੇ ਬਾਹਰੋਂ ਸੱਜਣ ਆਏ ਆ ਉਹਨਾਂ ਨੂੰ ਅਸੀਂ ਦੇ ਆਏ ਜਾਂਦੇ। ਕਿੱਥੋਂ ਹੈ ਸਮਾਨ? ਇਹ ਸਮਾਨ ਕਾਨਪੁਰ ਤੋਂ ਆਇਆ ਜੀ।